ਕਪੂਥਲਾ ਦੇ ਪਿੰਡ ਫਤੂਟਿੰਗਾ ਦੇ ਵਿੱਚ ਚੱਲ ਰਹੀ ਨਜਾਇਜ਼ ਮਾਈਨਿੰਗ ਭੂਮਾਫੀਆਂ ਦੇ ਹੌਸਲੇ ਹੋਏ ਬੁਲੰਦ। ਜਾਣਕਾਰੀ ਦਿੰਦਿਆਂ SDO ਮਾਈਨਿੰਗ ਕਪੂਥਲਾ ਨੇ ਦੱਸਿਆ ਕਿ ਉਹਨਾਂ ਦੇ ਦੋ ਮਾਈਨਿੰਗ ਇੰਸਪੈਕਟਰ ਰੂਟੀਨ ਦੀ ਤਰ੍ਹਾਂ ਨਜਾਇਜ਼ ਮਾਈਨਿੰਗ ਮਾਫੀਆਂ ਨੂੰ ਰੋਕਣ ਲਈ ਚੈਕਿੰਗ 'ਤੇ ਸਨ, ਜਿਸ ਦੌਰਾਨ ਉਹਨਾਂ ਫਤੂਟਿੰਗਾ ਕੋਲ ਚੱਲ ਰਹੀ ਮਾਈਨਿੰਗ ਨੂੰ ਦੇਖਦਿਆਂ ਤਾਂ ਅਧਿਕਾਰੀਆਂ ਵੱਲੋਂ ਭੂਮਾਫੀਆਂ ਤੋਂ ਮਾਈਨਿੰਗ ਦੀ ਪਰਮਿਸ਼ਨ ਬਾਰੇ ਪੁੱਛਿਆ ਤਾਂ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਨੇ ਮਾਈਨਿੰਗ ਅਧਿਕਾਰੀਆਂ ਨੂੰ ਘੇਰ ਕੇ ਉਹਨਾਂ ਦੇ ਗਲ ਵਿੱਚ ਸਾਫਾ ਪਾ ਦਿੱਤਾ ਤੇ ਆਪਣੀ ਪਹੁੰਚ DGP ਤੱਕ ਦੱਸਣ ਲੱਗ ਗਏ। ਮੌਕੇ ਤੇ ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਕੁਝ ਨੌਜਵਾਨ ਉਸ ਜਗ੍ਹਾ ਤੋਂ ਭੱਜ ਗਏ ਅਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕਪੂਥਲਾ ਦੇ ਥਾਣਾ ਫਤੂਟਿੰਗਾ ਤੋਂ 200 ਮੀਟਰ ਦੀ ਦੂਰੀ ਤੇ ਨਜਾਇਜ਼ ਮਾਈਨਿੰਗ ਹੀ ਚੱਲ ਰਹੀ ਸੀ। ਆਓ ਤੁਹਾਨੂੰ ਦਿਖਾਉਂਦੇ ਹਾਂ ਕੀ ਕਹਿ ਰਹੇ ਹਨ ਮਾਈਨਿੰਗ ਅਧਿਕਾਰੀ ਤੇ ਥਾਣਾ ਫਤੂਟਿੰਗਾ ਦੀ ਪੁਲਿਸ। ਫਗਵਾੜਾ ਨਿਊਜ਼ TV ਤੋਂ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ। ਮੇਰਾ ਨਾਮ ਜਸਵੀਰ ਸਿੰਘ ਹੈ ਜੀ। ਹਾਂਜੀ ਜਸਵੀਰ ਸਿੰਘ, ਅੱਜ ਜਿਹੜਾ ਤੁਸੀਂ ਮਾਈਨਿੰਗ ਨੂੰ ਲੈ ਕੇ ਥਾਣਾ ਜਿਹੜੀ ਕਿ ਆਏ ਹੈ ਥਾਣੇ 'ਚ, ਹਾਂਜੀ ਇਹ ਸਰ ਕੀ ਮਾਮਲਾ? ਇਹ ਸਰ ਕਿ ਨਹੀਂ, ਅਸੀਂ ਇਸ ਸਾਈਡ 'ਤੇ ਇੰਸਪੈਕਸ਼ਨ ਦੌਰਾਨ ਆਏ ਸੀਗੇ। ਅਸੀਂ ਮੌਕੇ 'ਤੇ ਦੇਖਿਆ ਕਿ ਟਰਾਲੀਆਂ ਜਾ ਰਹੀਆਂ ਸਨ, ਅਸੀਂ ਉਸੇ ਉਹ ਟਰਾਲੀਆਂ ਨੂੰ ਫੋਲੋ ਕਰਦੇ ਕਰੀਏ ਉੱਥੇ ਸਾਈਡ ਦੀ ਜਗ੍ਹਾ 'ਤੇ ਪਹੁੰਚੇ। ਉੱਥੇ ਕਾਫੀ ਬੰਦੇ ਮਤਲਬ ਪਟੇ ਵਾਲੀ ਮਸ਼ੀਨ ਲੱਗੀ ਹੋਈ ਸੀਗੀ ਜਿਹੜੀ ਰੇਤਾ ਉਹ ਮਿੱਟੀ ਦੀ ਭਰ ਰਹੇ ਸਨ ਟਰਾਲੀਆਂ ਦੇ ਵਿੱਚ, ਅਤੇ ਉਹਨਾਂ ਨੂੰ ਬਾਹਰ ਵੇਚਣ ਵਾਸਤੇ ਲੈ ਕੇ ਜਾ ਰਹੇ ਸਨ। ਅਸੀਂ ਉੱਥੇ ਬਾਪੂ ਜੀ ਬੈਠੇ ਗਏ, ਹੁਣ ਬਾਬਾ ਜੀ ਜਾ ਕਿਹਾ ਕਿ ਬਾਬਾ ਜੀ ਦੱਸੋ ਕਿ ਆਪਾਂ ਤੁਸੀਂ ਆਹ ਮਿੱਟੀ ਚੱਕ ਕੇ ਵੇਚ ਰਹੇ ਹੋ, ਤੁਸੀਂ ਕੋਈ ਜਿਹੜੀ ਪਰਮਿਸ਼ਨ ਲਈ ਹੈ ਗੌਰਮੈਂਟ ਕੋਲੋਂ? ਅਤੇ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਪਰਮਿਸ਼ਨ ਨਹੀਂ ਲਈ, ਅਸੀਂ ਸਾਨੂੰ ਪਰਮਿਸ਼ਨ ਦੀ ਵੀ ਲੋੜ ਨਹੀਂ ਹੈਗੀ, ਅਸੀਂ 100 ਟਰਾਲੀ ਕੱਲ੍ਹ ਤੱਕ ਕੱਢ ਚੁੱਕੇ ਹਾਂ ਅਤੇ ਅਸੀਂ ਅਜੇ 200 ਟਰਾਲੀ ਹੋਰ ਚੱਕਾਂਗੇ। ਅਤੇ ਸਾਰੀ ਇਨਫੋਰਮੇਸ਼ਨ ਤੁਹਾਨੂੰ ਕਿੱਦਾਂ ਪਤਾ ਲੱਗੀ ਕਿ ਉੱਥੇ ਮਾਈਨਿੰਗ ਹੋ ਰਹੀ? ਸਰ ਅਸੀਂ ਤਾਂ ਮੈਂ ਖੁਦ ਸਾਈਡ 'ਤੇ ਇੰਸਪੈਕਸ਼ਨ ਦੌਰਾਨ ਆ ਰਹੇ ਸੀਗੇ ਨਾ, ਅਸੀਂ ਅਸੀਂ ਰਸਤੇ ਵਿੱਚ ਦੇਖ ਲਿਆ ਉੱਥੇ ਮੌਕੇ 'ਤੇ ਮਸ਼ੀਨ ਚੱਲ ਰਹੀ ਸੀਗੀ ਪਟੇ ਵਾਲੀ। ਅਸੀਂ ਸਰ ਇਸ ਮੌਕੇ 'ਤੇ ਪਹੁੰਚੇ, ਜਦੋਂ ਮੌਕੇ ਜਾ ਕੇ ਪਰਮਿਸ਼ਨ ਬਾਰੇ ਪੁੱਛਿਆ, ਦੱਸਿਆ ਕਿ ਤੁਸੀਂ ਸਾਡੇ ਦਫ਼ਤਰ ਪਹੁੰਚੋ ਆ ਕੇ ਪਰਮਿਸ਼ਨ ਲਓ, ਉਹਨਾਂ ਨੇ ਪਰਮਿਸ਼ਨ ਬਾਰੇ ਕਹਿੰਦੇ ਅਸੀਂ ਕੋਈ ਪਰਮਿਸ਼ਨ ਨਹੀਂ ਲੈਣੀ ਜੀ, ਅਤੇ ਉਲਟਾ ਸਾਡੇ ਗੱਲ ਪੈ ਗਏ। ਉੱਥੇ ਜਗਤਾਰ ਸਿੰਘ ਸੀਗਾ ਜੀ, ਜਗਤਾਰ ਸਿੰਘ ਮੁੰਡੇ ਨੂੰ ਫੋਨ ਕਰਕੇ ਬੁਲਾਇਆ ਗਿਆ ਉੱਥੇ, ਅਤੇ ਉਹਨੇ ਆ ਕੇ ਉਹਨਾਂ ਬੰਦਿਆਂ ਨੂੰ ਕਿਹਾ ਕਿ ਇਹ ਕੋਈ ਮਾਈਨਿੰਗ ਇੰਸਪੈਕਟਰ ਨਹੀਂ ਹੈਗੇ, ਇਹਨਾਂ ਨੂੰ ਫੜ ਲਓ। ਉਹਨਾਂ ਨੇ ਫੜ ਕੇ ਮੇਰੇ ਗਲ ਵਿੱਚ ਪੜਾ ਉਹ ਪਾ ਕੇ ਪਰਨਾ ਪਾ ਲਿਆ, ਅਤੇ ਮੈਨੂੰ ਕਹਿਣ ਲੱਗੇ ਕਿ ਇਹਨੂੰ ਫੜ ਲਓ, ਇਹਦਾ ਇਹਨੂੰ ਇੱਥੇ ਬੰਨ੍ਹ ਕੇ ਰੱਖਣਾ, ਜਾਨ ਨਹੀਂ ਦੇਣਾ, ਜਾਨੋਂ ਮਾਰ ਦੇਣੀ ਅੱਜ ਇਹ। ਤੁਹਾਡੇ ਵੱਲੋਂ ਆਪਣੇ ਉੱਚ ਅਧਿਕਾਰੀਆਂ ਨੂੰ ਮਾਮਲਾ ਸਾਰਾ? ਬਿਲਕੁਲ, ਫਿਰ ਉੱਚ ਅਧਿਕਾਰੀਆਂ ਨੂੰ ਮੈਂ ਆਪਣੇ ਧਿਆਨ ਵਿੱਚ ਲਿਆਂਦਾ ਗਿਆ, ਫਿਰ ਉਹਨਾਂ ਨੇ ਇੱਥੇ ਥਾਣੇ ਆ ਕੇ ਥਾਣੇ ਨੂੰ ਸੂਚਿਤ ਕੀਤਾ, ਅਤੇ ਇੱਥੇ ਪੁਲਿਸ ਪਾਰਟੀ ਵੱਲੋਂ ਹੁਣ ਕਾਰਵਾਈ ਕੀਤੀ ਜਾਂਦੀ ਹੈ। ਮਾਈਨਿੰਗ ਦੇ ਵਿੱਚ ਕੀ ਅਹੁਦਾ ਵਾ? ਮੈਂ ਐਜ਼ ਅ ਮਾਈਨਿੰਗ ਇੰਸਪੈਕਟਰ ਹਾਂ ਜੀ। ਇੰਸਪੈਕਟਰ ਹਾਂ, ਹਾਂਜੀ। ਨਜਾਇਜ਼ ਮਿੱਟੀ ਦੀ ਮਾਈਨਿੰਗ ਨੂੰ ਰੋਕਣ ਸੰਬੰਧੀ ਹੀ ਇਹ ਜਿਹੜਾ ਝਗੜਾ ਆਪਸ ਦੇ ਵਿੱਚ ਹੋਇਆ ਤੁਹਾਡਾ? ਬਿਲਕੁਲ ਜੀ, ਮੈਂ ਇਹ ਸਿਰਫ ਇਹ ਦੇਖ ਕੇ, ਅਸੀਂ ਮੌਕੇ 'ਤੇ ਕੰਮ ਚੱਲ ਰਿਹਾ ਸੀਗਾ ਨਾ, ਅਸੀਂ ਦੇਖ ਕੇ ਗਏ ਕਿ ਹਾਂ ਵੀ ਕੀ ਕਰ ਰਹੇ ਨੇ, ਜੋ ਜਾ ਕੇ ਬਿਲਕੁਲ ਮਿੱਟੀ ਪੁੱਟ ਰਹੇ ਸੀਗੇ ਜੀ, ਟਰਾਲੀਆਂ ਭਰ ਭਰ ਕੇ ਵੇਚਣ ਲਈ ਜਾ ਰਹੀਆਂ ਸਨ। ਤੁਹਾਨੂੰ ਜਿਸ ਤਰ੍ਹਾਂ DGP ਤੱਕ ਵੀ ਧਮਕੀਆਂ ਦਿੱਤੀਆਂ ਗਈਆਂ ਕਿ ਸਾਡੀ ਪਹੁੰਚ DGP ਤੱਕ ਆ, ਉਸ ਸੰਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਪਰਚਾ ਦਰਜ ਹੋਵੇਗਾ ਜਾਂ ਨਹੀਂ? ਬਿਲਕੁਲ ਹੋਣਾ ਚਾਹੀਦਾ ਜੀ ਪਰਚਾ ਦਰਜ, ਜੇਕਰ ਇਹਦੇ ਹੀ ਕੰਮ, ਜੇਕਰ ਹੁਣ ਮੈਂ ਆਪਣੀ ਡਿਊਟੀ 'ਤੇ ਹਾਂ ਜੀ, ਜੇਕਰ ਮੈਨੂੰ ਹੀ ਮੇਰੀ ਸੇਫਟੀ ਨਹੀਂ ਹੈਗੀ, ਠੀਕ ਹੈ ਜੀ, ਇੱਦਾਂ ਲੋਕ ਸਾਡੇ ਉੱਪਰ ਹਮਲਾ ਕਰਦੇ ਰਹਿਣਗੇ, ਤੁਸੀਂ ਆਪਣੀ ਡਿਊਟੀ ਕਿੱਦਾਂ ਨਿਭਾਵਾਂਗੇ? ਇਸ ਲਈ ਤਾਂ ਇਹਨਾਂ 'ਤੇ ਪੂਰੀ ਕਾਰਵਾਈ ਕਰਨੀ ਬਣਦੀ ਹੈ ਜੀ, ਪੂਰੀ ਕਾਰਵਾਈ ਕੀਤੀ ਜਾਵੇ ਇਹਨਾਂ 'ਤੇ। ਜੋ ਨਜਾਇਜ਼ ਮਾਈਨਿੰਗ ਮਿੱਟੀ ਦੀ ਹੋ ਰਹੀ ਸੀਗੀ ਉਹਨੂੰ ਲੈ ਕੇ ਦੋ ਇੰਸਪੈਕਟਰਾਂ ਨੂੰ ਜਿਹੜਾ ਲੋਕਾਂ ਨੇ ਕਾਬੂ ਕੀਤਾ ਅਤੇ ਉਹਨਾਂ ਦੇ ਗੱਲ ਦੇ ਵਿੱਚ ਸਾਫ ਪਾਇਆ ਔਰ ਵੀਡੀਓ ਵਾਇਰਲ ਹੋਈ ਔਰ DGP ਤੱਕ ਧਮਕੀਆਂ ਦਿੱਤੀਆਂ ਕਿ DGP ਦੇ ਅਸੀਂ ਬੰਦੇ ਹਾਂ, ਕੀ ਕਹਿਣਾ ਜੀ ਇਸ ਸੰਬੰਧੀ, ਕੀ ਨਾਮ ਤੁਹਾਡਾ? ਇਹਦਾ ਜੀ ਮੈਂ ਗੁਰਚਰਨ ਸਿੰਘ ਪੰਨੂ ਬੋਲਦਾ ਜੀ, ਮਾਈਨਿੰਗ SDO ਮਾਈਨਿੰਗ ਕਪੂਰਥਲਾ। ਅਤੇ ਮੇਰੇ ਦੋ ਮਾਈਨਿੰਗ ਇੰਸਪੈਕਟਰ ਅੱਜ ਰੂਟੀਨ ਚੈਕਿੰਗ 'ਤੇ ਸੀਗੇ, ਇਲੀਗਲ ਮਾਈਨਿੰਗ ਦੀ ਡਿਊਟੀ 'ਤੇ ਜਾ ਰਹੇ ਸੀਗੇ। ਰਸਤੇ 'ਚ ਉਹਨਾਂ ਨੇ ਫਤੂਟਿੰਗੇ ਦੇ ਲਾਗੇ ਮੇਨ ਰੋਡ ਤੋਂ ਹੀ ਤਿੰਨ ਚਾਰ ਟਰਾਲੀਆਂ ਲੱਗੀਆਂ ਮਿੱਟੀ ਦੀਆਂ, ਮਸ਼ੀਨ ਲੱਗੀ ਨਜਾਇਜ਼ ਮਾਈਨਿੰਗ ਕਰਦੀ, ਮੌਕੇ 'ਤੇ ਦੇਖੀ ਉਹਨਾਂ ਦੇ, ਉਹ ਕੋਲ ਗਏ ਜਾ ਕੇ ਉਹ ਜ਼ਿਮੀਂਦਾਰਾਂ ਨੂੰ ਟਰਾਲੀਆਂ ਵਾਲਿਆਂ ਨੂੰ ਮਸ਼ੀਨ ਵਾਲੇ ਨੂੰ ਪੁੱਛਿਆ ਕਿ ਭਾਈ ਤੁਸੀਂ ਇਹ ਨਜਾਇਜ਼ ਮਾਈਨਿੰਗ ਕਰ ਰਹੇ ਜੇ ਜਾਂ ਤੁਹਾਡੇ ਕੋਲ ਕੋਈ ਪਰਮਿਸ਼ਨ ਹੈਗੀ ਹੈ? ਅਤੇ ਉਹ ਕਹਿੰਦੇ ਜੀ ਸਾਨੂੰ ਪਰਮਿਸ਼ਨ ਲੈਣ ਦੀ ਲੋੜ ਕੋਈ ਨਹੀਂ, ਸਾਡੀ ਬਹੁਤ ਪਹੁੰਚ ਆ, ਅਤੇ ਅਸੀਂ ਨਾ ਪਰਮਿਸ਼ਨ ਲੈ ਕੇ ਅੱਜ ਤੱਕ ਕੰਮ ਕੀਤਾ, ਅੱਗੇ ਵੀ ਅਸੀਂ 100 ਟਰਾਲੀ ਕੱਢ ਕੇ ਮਿੱਟੀ ਦੀ ਵੇਚੀ ਆ ਅਤੇ ਹੁਣ ਵੀ 200 ਟਰਾਲੀ ਹੋਰ ਕੱਢਣੀ ਆ, ਤੁਸੀਂ ਕੌਣ ਜੇ? ਜਦੋਂ ਇਹਨਾਂ ਜਾ ਕੇ ਦੱਸਿਆ ਕਿ ਅਸੀਂ ਤਾਂ ਮਾਈਨਿੰਗ ਇੰਸਪੈਕਟਰ ਹਾਂ, ਵਿਭਾਗ ਤੋਂ ਆਏ ਹਾਂ, ਤੁਸੀਂ ਪਰਮਿਸ਼ਨ ਲੈ ਲਓ, ਮਹਿਕਮੇ ਨੂੰ ਕੋਈ ਉਹਦਾ ਕੋਈ ਰੈਵਨਿਊ ਜਮ੍ਹਾਂ ਕਰਾ ਦਿਓ, ਸਰਕਾਰ ਨੂੰ ਪਰਮਿਸ਼ਨ ਲੈ ਕੇ ਕੰਮ ਕਰੋ, ਅਤੇ ਜੇ ਤੁਸੀਂ ਇੱਦਾਂ ਦਾ ਮਿੱਟੀ ਵੇਚਣੀ ਆ ਤਾਂ। ਉਹ ਬੰਦਿਆਂ ਨੇ ਇਹਨਾਂ ਨੂੰ ਧਮਕੀਆਂ ਦੇਣ ਲੱਗ ਪਏ, ਇਹਦਾ ਮੇਨ ਟਾਈਮ ਹੀ ਉਹਨਾਂ ਨੇ ਫੋਨ ਕਰਕੇ ਕੋਈ ਜਗਤਾਰ ਸਿੰਘ ਨਾਂ ਦਾ ਬੰਦਾ ਆ ਉਹਨੂੰ ਬੁਲਾ ਲਿਆ ਵੀ ਛੇਤੀ ਆ, ਇੱਥੇ ਦੋ ਮਾਈਨਿੰਗ ਮਹਿਕਮੇ ਦੇ ਅਫਸਰ ਆਏ ਆ ਅਤੇ ਸਾਨੂੰ ਕੰਮ ਤੋਂ ਰੋਕ ਰਹੇ ਆ। ਉਹ ਜਗਤਾਰ ਸਿੰਘ ਨੇ ਆਉਂਦਿਆਂ ਹੀ ਮੋਬਾਈਲ ਆਨ ਕਰਕੇ ਕਹਿੰਦਾ ਮੈਂ ਇਹਨਾਂ ਦੀ ਵੀਡੀਓ ਬਣਾ ਰਿਹਾ, ਇਹਨਾਂ ਨੂੰ ਜਾਣ ਨਾ ਦਿਓ, ਫੜ ਲਓ ਰੱਸਾ ਪਾ ਕੇ ਗੱਲ 'ਚ ਇਹਨਾਂ ਨੂੰ ਬੰਨ੍ਹ ਦਿਓ। ਅਤੇ ਉਹ ਜਿਹੜੇ ਪਹਿਲਾਂ ਬੰਦੇ ਉੱਥੇ ਸੀ ਉਹਨਾਂ ਨੇ ਇਹਨਾਂ ਨੂੰ ਘੇਰ ਲਿਆ,
इन्हां दे गल च साफा पा के जसवीर सिंह जी नूं मारन की कोशिश की, गल घुटिया उहदा, ठुड भी मारे उहदे बखी इत्थे ठुड भी मारे, मुक्कियां मारियां उहदे पसलियां दे विच, धमकियां दित्तियां वा, जो कि उहनां दे कल्परट जिहड़े दोषी उहनां दे अपने ही मोबाइल च कैद सारा रिकॉर्ड हो गया उदों सारा कुछ। तो वो जो उन्होंने इन्हों को छुट के भजे तो दूर जाके उन्हें थोड़ा हटवा जाके मैनू फोन किया भी सर छेती आयो मगर साढ़े बंदे गल पै गए जां पुलिस भेजो। तो मैं जलंधर सीगा जी दफ्तर गया, मैं इतने एस एच ओ साहब न फोन किया फतू ढिंगियाला, उन्होंने पुलिस पार्टी भेजी इन्हें मीन वाइल। तो बाकी बंदे जो पुलिस का नाँ लिया तो वह तो भज गए, एक जगतार सिंह जिहड़ा सीगा वो उत्थे धमकियां देंदा उत्थे ही खड़ा रह गया जिन्हें वीडियो रिकॉर्ड कर रहा सीगा, उन्होंने इन्होंने फड़ लिया। इन्हें जो मुड़ के पुलिस पार्टी गई तो वो हवाले करता इन्हों जगतार सिंह जी, उन्होंने थाने लिया असी इत्थे। की लगता जी कोई पोलीटिकल दबाव बन रहा जिहड़ा कि माइनिंग इंस्पैक्टरां दी सुनी नहीं जा रही अजे तक? नहीं 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 जी, ये पोलीटिकल वाली कोई एडी गल नहीं हैगी, पोलीटिकल कोई नहीं हैगी, ये लोग ही अपने परसनल मुफाद लिए इदा करते हैं। बाकी सानू लोकल पुलिस बहुत साथ दे रही है, कोई एडी गल नहीं, सारे अफसर साढ़े नाल आ, एस एच ओ साहब भी इन्हें उस वेले पुलिस पार्टी भेजी आ, एस एस पी साहब का भी इन्हों मैसेज आ गया, डिप्टी साहब का भी आ गया है, कोई गल नहीं। वैसे हुण परचा दर्ज उन्होंने हो गया, कार्रवाई जो बनती उन्होंने होगी, पर सानू दुख ये है जी कि इदा साढ़े मुलाजमान लिए तो बहुत औखा काम है नौकरी करनी, दिन रात तुरे फिरते 24 घंटे साढ़े नाल फोर्स नहीं हैगी ना साढ़े को वैपन आ, भी जे इदा असी किसी नूं जाके रोकांगे जिहड़ा मर्जी गल पै जाऊगा बंदा, कि जान माल की राखी बंदे की जिहड़ी करनी है जी, मुलाजमान की सिक्योरिटी करनी बहुत जरूरी है जी, ये मेरी रिक्वेस्ट है। उस संबंधी साढ़े को ना जसवीर सिंह माइनिंग इंस्पैक्टर कपूरथला वालों कंप्लेंट मिली है जी, उन्होंने ना जिथे फतू ढिंगा एरिए कुछ लोगों ने मिसबिहेव किया जो उन्होंने जाके माइनिंग बारे पूछ रहे थे कि तुम क्यों मिट्टी वगैरह पुट रहे हो, उस संबंधी कंप्लेंट रिसीव हुई है, जो बनती कार्रवाई असं कर रहे हैं जी। इस संबंधी माइनिंग ऑफिसर दस सकते हैं उन्होंने अकॉर्डिंगली तो इलीगल मतलब मिट्टी की माइनिंग कर रहे थे कंप्लेंट के अकॉर्डिंगली, तो जो फरदर बनती है असं कार्रवाई कर रहे हैं जी। जिस तरह मैडम वीडियो के धमकिया दे रहे कि साढ़े डीजीपी तक पहुँचा वीडियो देखी होगी उस संबंधी तुम की कहना चाहते एडी वड्डिया धमकिया दे रहे इंस्पैक्टर माइनिंग इंस्पैक्टर? इस संबंधी जो बनती असी कार्रवाई कर रहे हैं जी, मतलब जो चीज़ वो बोल रहे इवें तो वैसे कुछ है तो नहीं है बट गलत है, जो एवं की वर्डिंग जेकर वो बोल रहे तो बहुत गलत है, तो अकॉर्डिंग टू कंप्लेंट असी कार्रवाई कर रहे हैं जी। पुलिस ते किसी तरह का दबाव नहीं बना रहे? बिल्कुल नहीं जी, बिल्कुल नहीं जी। सब्सक्राइब नाउ एंड प्रेस द बेल आइकन, नेवर मिस एन अपडेट।